ਅੱਜ ਆਮ ਆਦਮੀ ਪਾਰਟੀ ਦੇ ਜੁਆਇਨਿੰਗ ਮੌਕੇ 'ਤੇ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਔਰ ਉਹਨਾਂ ਦੇ ਨਾਲ ਡਾਕਟਰ ਸੰਦੀਪ ਪਾਠਕ ਜੀ, ਮੇਰੇ ਜਿਹੜੇ ਬਹੁਤ ਨੇੜੇ ਦੇ ਸਾਥੀ ਜਿਹੜੇ ਵਿਧਾਨ ਸਭਾ 'ਚ ਪਿਛਲੀ ਵਾਰੀ ਮੇਰੇ ਨਾਲ ਸੀ ਸਰਦਾਰ ਕੁਲਵੰਤ ਸਿੰਘ ਪੰਡੋਈ ਸਾਹਿਬ, ਪਰ ਅੱਜ ਮੇਰੇ ਨਾਲ ਜੋ ਮਾਨ ਪ੍ਰਾਪਤ ਕਰ ਰਹੇ ਆ ਸ਼੍ਰੀ ਸੋਹਲਾ ਟੰਡਾ ਜੀ, ਜਿਹੜੇ ਸ਼ਹੀਦ ਭਗਤ ਸਿੰਘ ਐਸ ਸੀ ਡੀ ਓ ਦੇ ਪ੍ਰਧਾਨ ਨੇ, ਔਰ ਸਮੁੱਚੇ ਮੇਰੇ ਨਾਲ ਆਏ ਸਾਥੀ ਪ੍ਰੈਸ, ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸੀ ਐਮ ਸਾਹਿਬ ਦਾ ਔਰ ਡਾਕਟਰ ਸੰਦੀਪ ਪਾਠਕ ਜੀ ਦਾ ਧੰਨਵਾਦ ਕਰਦਾ ਕਿ ਮੈਨੂੰ ਉਸ ਵੇਲੇ ਉਹਨਾਂ ਨੇ ਜੁਆਇਨ ਕਰਾਇਆ ਜਦੋਂ ਮੈਨੂੰ ਲੱਗਦਾ ਕਿ ਜਿਸ ਪਾਰਟੀ ਦੇ 92 MLA ਹੋਣ ਉਹਨਾਂ ਨੂੰ ਸ਼ਾਇਦ ਦੂਸਰੇ MLA ਦੀ ਲੋੜ ਨਹੀਂ ਪੈਂਦੀ, ਪਰ ਅੱਜ ਮੈਂ ਇਹ ਮਾਣ ਮਹਿਸੂਸ ਕਰ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਇੱਕ ਸਿਪਾਹੀ ਬਣ ਜਾ ਰਿਹਾ। ਮੈਂ ਉਸ ਹਲਕੇ ਤੋਂ ਆਉਣਾ ਜਿੱਥੇ ਸ਼੍ਰੀ ਗੁਰੂ ਸਰਦਾਰ ਭਗਤ ਸਿੰਘ ਦਾ ਜੱਦੀ ਪਿੰਡ ਹੈ, ਪਰ ਮੇਰੀ ਇਹ ਸਦਾ ਹੀ ਜਿਹੜੀ ਖਾਹਿਸ਼ ਵੀ ਰਹੀ ਹੈ ਕਿ ਉਹ ਹਲਕਾ ਜਿੱਥੇ ਸ਼੍ਰੀ ਗੁਰੂ ਸਰਦਾਰ ਭਗਤ ਸਿੰਘ ਨੇ ਆਪਣਾ ਬਚਪਨ ਬਿਤਾਇਆ ਹੋਵੇ, ਔਰ ਸਾਨੂੰ ਅੱਜ ਕਿ ਜੇ ਮੈਂ MLA ਹਾਂ ਜਾਂ ਅਸੀਂ ਸਾਰੇ ਹੀ ਆਜ਼ਾਦੀ ਦਾ ਨਿਗਮਾਨ ਹੈ, ਉਹ ਸ਼੍ਰੀ ਗੁਰੂ ਸਰਦਾਰ ਭਗਤ ਸਿੰਘ ਦੀ ਬਦੌਲਤ ਹੈ। ਔਰ ਮੈਨੂੰ ਉਹਨਾਂ ਰਹਿਬਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਜਿਨ੍ਹਾਂ ਨੇ ਸਾਨੂੰ ਡਾਕਟਰ ਅੰਬੇਡਕਰ ਦਾ ਜੋ ਸਾਡੇ ਅਤੇ ਉਹਨਾਂ ਦੇ ਅਹਿਸਾਨ ਨੇ ਜੋ ਸਾਡੇ ਲਈ ਉਹਨੇ ਕੀਤਾ। ਪਰ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਰਿਹਾ ਕਿ ਜਦੋਂ ਮੈਂ CM ਸਾਹਿਬ ਨੂੰ ਕਿਹਾ ਕਿ ਸ਼ਹੀਦ ਊਧਮ ਸਰਦਾਰ ਭਗਤ ਸਿੰਘ ਦੇ ਪਿੰਡ ਤੁਸੀਂ ਸੌਂਹ ਚੁੱਕੀ ਹੈ, ਮੈਂ ਜਿਸ ਦਿਨ ਮੈਂ ਸੌਂਹ ਚੁੱਕੀ ਸੀ ਮੈਂ ਉਸ ਦਿਨ ਉਸ ਸੌਂਹ ਸਮਾਗਮ ਦੇ ਵਿੱਚ ਹਾਜ਼ਰ ਸੀ। ਉਸ ਤੋਂ ਬਾਅਦ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਉੱਥੇ ਸ਼ਹੀਦ ਊਧਮ ਸਰਦਾਰ ਭਗਤ ਸਿੰਘ ਜੀ ਉਹਨਾਂ ਦੇ ਨਾਂ 'ਤੇ ਇੱਕ ਮੈਡੀਕਲ ਕਾਲਜ ਬਣਾਓ, ਤਾਂ ਇਹਨਾਂ ਨੇ ਵਿਦਆਊਟ ਐਨੀ ਹੈਜੀਟੇਸ਼ਨ ਉਸੇ ਵੇਲੇ ਕਿਹਾ ਕਿ ਮੈਂ ਇਸ ਧਰਤੀ 'ਤੇ ਮੈਡੀਕਲ ਕਾਲਜ ਜ਼ਰੂਰ ਬਣਾਊਂਗਾ। ਮੈਂ ਸਮਝਦਾ ਕਿ ਉਹ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਔਰ ਜਦੋਂ ਸਭ ਤੋਂ ਜ਼ਿਆਦਾ ਜੋ ਮੈਨੂੰ ਇੰਪ੍ਰੈਸ ਕੀਤਾ, ਇੱਕ ਦਿਨ ਮੈਂ ਵਿਧਾਨ ਸਭਾ ਦੇ ਵਿੱਚ ਇੱਕ ਨੈਪਸੀ ਦਾ ਮੈਂ ਦੱਸਿਆ ਸੀ ਕਿ ਉਹ ਬੜੀ ਕਰਪਟ ਕਿਸਮ ਦਾ ਆਦਮੀ ਹੈ, ਬੜੀ ਕਰਪਸ਼ਨ ਕਰਦਾ, ਔਰ ਬਾਈ ਚਾਂਸ CM ਸਾਹਿਬ ਉੱਥੇ ਬੈਠੇ ਸੀ, ਇਹਨਾਂ ਨੇ ਮੈਨੂੰ ਉੱਥੋਂ ਬੁਲਾ ਲਿਆ। ਅਸੀਂ ਕ੍ਰੋਸ ਤਾਂ ਨਹੀਂ ਕਰ ਸਕਦੇ, ਪਰ ਮੈਂ ਜੋ ਉੱਪਰੋਂ ਘੁੰਮ ਗਿਆ ਤਾਂ ਮੈਨੂੰ ਲੱਗਦਾ ਨਹੀਂ ਕਿ ਓਪੋਜੀਸ਼ਨ ਦਾ MLA CM ਸਾਹਿਬ ਨੂੰ ਵਿਧਾਨ ਸਭਾ ਦੇ ਅੰਦਰ ਵੀ ਜਾ ਕੇ ਵਿੱਚ ਨਾਲ ਬੈਠਿਆ ਹੋਵੇ, ਔਰ ਇਹਨਾਂ ਨੇ ਮੈਨੂੰ ਕਿਉਂਕਿ ਇਸ਼ਾਰਾ ਕਰਕੇ ਬੁਲਾਇਆ ਸੀ, ਤਾਂ ਮੈਂ ਉਹਨਾਂ ਨੂੰ ਕਿਹਾ ਕਿ ਉਹ ਬੜਾ ਕਰਦੇ, ਬਸ ਕਰਨਾ ਕੀ ਹੈ, ਮਤਲਬ ਤੁਸੀਂ ਦੱਸ, ਤੁਸੀਂ ਜੋ ਤੁਸੀਂ CM ਹੋ, ਮੈਂ ਤੁਹਾਨੂੰ ਆਪਣੀ ਪ੍ਰੋਬਲਮ ਦੱਸੀ ਕਿ ਉਹ ਬਹੁਤ ਕਰਪਟ ਹੈ, ਲੋਕਾਂ ਨੂੰ ਲੁੱਟਦਾ। ਇਹਨਾਂ ਨੇ ਉਸੇ ਵੇਲੇ ਆਰਡਰ ਕੀਤੇ ਕਿ ਇਹਨੂੰ ਸਸਪੈਂਡ ਕਰੋ, ਇਹ ਉੱਥੇ ਬੰਗਲਿਆਂ 'ਚ ਰਹਿਣਾ ਨਹੀਂ ਚਾਹੀਦਾ। ਔਰ ਜਦੋਂ ਮੈਂ ਸ਼ਾਮ ਤੱਕ ਪਹੁੰਚਿਆ ਤਾਂ ਉਹ ਬੰਦਾ ਉੱਥੇ ਨਹੀਂ ਸੀ। ਮੈਂ ਸਮਝਦਾ ਕਿ ਇਸ ਤਰ੍ਹਾਂ ਦੇ CM ਨਾਲ, ਇਸ ਤਰ੍ਹਾਂ ਦੇ ਪਾਰਟੀ ਨਾਲ ਕੰਮ ਕੀਤਾ ਜਾ ਸਕਦਾ। ਸੋ ਮੈਂ ਅੱਜ ਇਹਨਾਂ ਨੂੰ ਜੁਆਇਨ ਕਰ ਰਿਹਾ, ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਇਹਨਾਂ ਦੇ ਨਾਲ ਵਫਾਦਾਰੀ ਨਾਲ ਕੰਮ ਕਰੂੰਗਾ, ਔਰ ਇਹੀ ਵਜ੍ਹਾ ਕਿ ਮੈਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ। ਜੀ ਕੋਈ ਸਵਾਲ ਹੈ ਤੁਹਾਡਾ? ਇਹ
ਇਹ ਮੈਂ ਕਾਨੂੰਨ ਜਿਹੜੀ ਪੱਖ ਹੈ ਦਾ ਦੇਖ ਕੇ ਦੇਖ ਲਿਆ ਜਾਏਗਾ ਜੋ ਵੀ ਹੋਇਆ। ਦੇਖੋ ਮੈਨੂੰ ਅਕਾਲੀ ਦਲ ਨੇ ਬੜਾ ਮਾਨ ਸਨਮਾਨ ਦਿੱਤਾ, ਮੈਂ ਦੋ ਵਾਰੀ MLA ਅਕਾਲੀ ਦਲ ਤੋਂ ਹੀ ਬਣਿਆ। ਮੇਰੀ ਅਕਾਲੀ ਦਲ ਨਾਲ ਕੋਈ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੇਰੀ ਕੋਈ ਪ੍ਰੋਬਲਮ ਨਹੀਂ, ਪਰ 7 ਸਾਲ ਦੇ ਵਿੱਚ, ਕਿਉਂਕਿ ਮੈਂ ਦੂਸਰੀ ਵਾਰੀ MLA ਬਣਿਆ, ਪਰ ਮੈਨੂੰ 7.5-8 ਸਾਲ ਹੋ ਗਿਆ ਕਿ ਮੈਂ MLA ਬਣੇ ਨੂੰ। ਪਰ ਪਿਛਲੀ ਵਾਰੀ ਕਾਂਗਰਸ ਸਰਕਾਰ ਨੇ ਵੀ ਜਿਹੜਾ ਬੰਗਾ ਹਲਕਾ ਸੀ ਉਹ ਬੜਾ ਇਗਨੋਰਡ ਸੀ, ਔਰ ਇਸ ਵਾਰੀ ਮੈਂ ਸੋਚਦਾ ਹਾਂ ਕਿ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜਿਸ ਧਰਤੀ ਤੋਂ ਸਹੁੰ ਚੁੱਕੀ ਆ, ਉਹ ਪੰਜਾਬ ਦਾ 1 ਨੰਬਰ ਦਾ ਹਲਕਾ ਹੋਣਾ ਚਾਹੀਦਾ। ਪਰ ਮੈਨੂੰ ਮੇਰੇ ਤੋਂ ਪਹਿਲਾਂ ਉਹਨਾਂ ਨੇ ਮੇਰੇ ਮੰਗਣ ਤੋਂ ਬਿਨਾਂ ਹੀ, ਇਹਨਾਂ ਨੇ ਗੱਲ ਰਸਤੇ 'ਚ ਵੀ ਮੈਨੂੰ ਕਹੀ, ਇੱਥੇ ਵੀ ਕਹੀ, ਅਸੀਂ ਉਹਨੂੰ ਡਿਵੈਲਪ ਕਰਨਾ ਚਾਹੁੰਦੇ ਹਾਂ। ਔਰ ਮੈਂ ਸਮਝਦਾ ਕਿ ਇੱਕੋ ਇੱਕ ਵੱਡਾ ਕਾਰਨ ਹੈ ਕਿ ਮੈਂ ਬੰਗਾ ਹਲਕੇ ਦਾ ਜਿਹਨਾਂ ਨੂੰ ਮੈਂ ਜਵਾਬ ਦੇ ਹਾਂ, ਉਹਨਾਂ ਦੀ ਡਿਵੈਲਪਮੈਂਟ ਦੇ ਲਈ, ਉਹਨਾਂ ਦੇ ਹਰ ਪੱਖੋਂ ਉਹਨਾਂ ਨੂੰ ਖੁਸ਼ਹਾਲ ਕਰਨ ਦੇ ਲਈ, ਮੈਂ ਨਹੀਂ ਸਮਝਦਾ ਕਿ ਮੈਨੂੰ ਇਹ ਪਾਰਟੀ ਜੁਆਇਨ ਕਰ ਲੈਣੀ ਚਾਹੀਦੀ ਸੀ, ਇਸ ਕਰਕੇ ਕੀਤੀ। ਨਹੀਂ, ਅਸੀਂ ਕੋਈ ਟਾਰਗੇਟ ਕਰਕੇ ਕੋਈ ਜੁਆਇਨਿੰਗ ਨਹੀਂ ਕਰਾਉਂਦੇ ਕਿ ਇਹਦੇ ਨਾਲ ਐਂ ਹੋਜੂਗਾ। ਅਸੀਂ ਚਾਹੁੰਦੇ ਹਾਂ ਕਿ ਜੇ ਹਰੇਕ ਪਾਰਟੀ ਚੰਗੇ ਬੰਦੇ ਵੀ ਹੈਗੇ, ਸਾਰੇ ਸੁਖਬੀਰ ਬਾਦਲ ਥੋੜ੍ਹੇ ਹੁੰਦੇ, ਚੰਗੇ ਵੀ ਹੈਗੇ ਕੋਈ, ਤਾਂ ਫਿਰ ਜਿਹੜੇ ਚੰਗੇ ਬੰਦੇ ਨੇ ਕਿੱਥੇ ਜਾਣਗੇ ਫਿਰ? ਜੇ ਪਾਰਟੀ ਉਹਨਾਂ ਦੀ ਇੱਕ ਐਸੇ ਧੜੇਬੰਦੀ ਦਾ ਸ਼ਿਕਾਰ ਹੋਊਗੀ, ਪਰਿਵਾਰਵਾਦ ਦਾ ਸ਼ਿਕਾਰ ਹੋਊਗੀ, ਤਾਂ ਜਿਹੜੇ ਚੰਗੇ ਬੰਦੇ ਨੇ ਪੋਲੀਟਿਕਸ 'ਚ, ਫਿਰ ਉਹ ਥੋੜ੍ਹੀ ਨਾ ਜਿਹੜੇ ਨੇ ਉਹ ਆਪਣੀ ਬਲੀ ਦੇਣਗੇ, ਉਹ ਲੜੀ ਜਾਣ ਆਪਣੇ ਜਿਵੇਂ ਜਿੱਥੇ ਲੜਨੇ ਹੋਣ, ਉਹ ਉਹਨਾਂ ਦੀ ਲੜਾਈ ਆਪਣੇ ਪਰਿਵਾਰ ਦੀ ਜਾਂ ਆਪਣੀ ਕੁਰਸੀ ਦੀ, ਸਾਡੀ ਲੜਾਈ ਪੰਜਾਬ ਦੀ, ਆਮ ਲੋਕਾਂ ਦੀ, ਦਬੇ ਕੁਚਲੇ ਗਰੀਬਾਂ ਵਰਗਿਆਂ ਦੀ ਲੜਾਈ ਹੈ ਸਾਡੀ। ਆ ਫਰਕ ਸਾਡੀ ਪਾਰਟੀ ਦੀ ਆਈਡੀਓਲੋਜੀ ਦਾ, ਫਿਰ ਜਿਸ ਦਿਨ ਅਰਵਿੰਦ ਜੀ ਨੇ ਪਾਰਟੀ ਬਣਾਈ ਸੀ ਉਸ ਦਿਨ ਕਿਹਾ ਸੀ ਕਿ ਦੂਜੀਆਂ ਪਾਰਟੀਆਂ 'ਚ ਵੀ ਚੰਗੇ ਲੋਕ ਨੇ, ਆਓ ਸਾਡੇ ਕੋਲ ਅਕਾਲੀ ਦਲ। ਅਕਾਲੀ ਦਲ ਦੀ ਹੁਣ ਕਾਹਦੀ ਆਈਡੀਓਲੋਜੀ ਬਚੀ ਹੈ ਜੀ? ਅਜੇ ਵੀ ਆਈਡੀਓਲੋਜੀ ਦੀ ਗੱਲ ਕਰੀਏ, ਹਮ ਉਨਕਾ ਟੈਨਸ਼ਨ ਜੋ ਕਿਉਂ ਲਿਆ, ਉਹਨਾਂ ਦੀ ਟੈਨਸ਼ਨ ਤੋਂ ਉਦੋਂ ਤੱਕ ਉਹਨਾਂ ਦੀ ਆਈਡੀਓਲੋਜੀ ਬਚੀ ਹੈ ਕੋਈ? ਸਾਡਾ ਹੋਰ ਕਿਸੇ ਨਾਲ ਕੋਈ ਜਿੱਦੇ ਰਾਬਤਾ ਕਾਇਮ ਹੋਇਆ, ਇੱਥੇ ਲੈ ਮੰਗ ਤੁਹਾਨੂੰ ਏਦਾਂ ਦਾ ਹੁਣ ਲਾਇਆ ਕਰੋ ਕਿ ਆਹ ਹੋ ਸਕਦਾ ਸੂਤਰ, ਇੱਕ ਤਾਂ ਮੈਨੂੰ ਸੂਤਰ ਮਿਲਾ ਦਿਓ ਯਾਰ, ਇੱਕ ਅੱਧਾ ਤਾਂ ਮਿਲਾ ਦਿਓ। ਚਲੋ ਤਾਂ ਸੂਤਰ ਬਹੁਤ ਨੇ ਤੁਹਾਡੇ ਯਾਰ, ਕਦੇ ਉਹ ਕੈਬਨਿਟ ਬਣਾ ਦਿੰਦੇ ਨੇ, ਕਦੇ ਪੋਰਟਫੋਲੀਓ ਵੰਡ ਦਿੰਦੇ ਨੇ, ਠੀਕ ਹੈ? ਤੋ ਕਿਰਪਾ ਕਰਕੇ ਸੂਤਰਾਂ ਤੇ ਕੰਟਰੋਲ ਰੱਖੋ ਬਸ। ਬਾਕੀ ਉਹੀ ਤਾਂ ਜਾਗਤ ਹੈ ਕਿ ਅਸੀਂ ਜਿੱਦੇ ਸਾਡੇ ਨਾਲ ਕੋਈ, ਜੇ ਉਹਦਾ ਮਨ ਮਿਲੂਗਾ ਸਾਨੂੰ ਤਾਂ ਬਹੁਤ ਚੰਗੇ ਲੱਗਦੇ ਨੇ, ਜੇ ਗਾਹ ਮੁੜੇ ਵੀ ਮਨ ਮਿਲਣਾ ਚਾਹੀਦਾ ਨਾ, ਬਣ ਵੀ ਨਹੀਂ ਹੋਣਾ ਚਾਹੀਦਾ ਨਾ। ਜਿੱਦੇ ਕੋਈ ਹੋਰ ਬੰਦੇ ਨੇ, ਨੋਟ ਓਨਲੀ ਮਨਪ੍ਰੀਤ ਅਯਾਲੀ, ਜਿੱਦੇ ਕੋਈ ਕਿਸੇ ਹੋਰ ਚੰਗੇ ਬੰਦੇ ਜਾਂ ਕੋਈ ਕਿਸੇ ਅਹੁਦੇ ਤੇ ਵੀ ਨਹੀਂ ਹੈਗੇ, ਜ਼ਰੂਰ ਸਾਡੇ ਨਾਲ ਸੰਪਰਕ ਕਰਨਗੇ, ਅਸੀਂ ਉਹਨਾਂ ਦਾ ਪੋਰਟਫੋਲੀਓ ਚੈੱਕ ਕਰਦੇ ਹਾਂ। ਡਾਕਟਰ ਸਾਹਿਬ ਦਾ ਜਾ ਕੇ ਪੁੱਛ ਲਓ, ਨਵਾਂ ਸ਼ਹਿਰ 'ਚ ਇੱਕ ਦਾਗ ਨਹੀਂ ਹੈਗਾ। ਇਹੋ ਜਿਹੇ ਚਿੱਕੜ ਵਾਲੇ ਮਾਹੌਲ 'ਚ ਦਾਮਨ ਸਾਫ਼ ਰੱਖਣਾ ਬਹੁਤ ਵੱਡੀ ਗੱਲ ਹੁੰਦੀ ਹੈ, ਸੋ ਤਾਂ ਹੀ ਡਾਕਟਰ ਸਾਹਿਬ ਸਾਡੇ ਕੋਲ ਅੱਜ ਹਿੱਸਾ ਨਹੀਂ ਪਾਟ। ਕੋਈ ਗੱਲ ਨਹੀਂ, ਇੰਟਰੋਡਕਸ਼ਨ ਹੈ, ਸਾਰੇ ਮਿਲ ਲੈਣਗੇ, ਉਹ ਕੌਣ ਕੀ ਕੰਮ ਕਰਦਾ, ਕੌਣ ਕਹੂ, ਮਿਲ ਲੈਣ ਦੋ। ਨਹੀਂ ਨਹੀਂ ਹਜੇ ਨਹੀਂ, ਤਾਂ ਅਸੀਂ ਨਵੇਂ ਆਏ ਨੇ, ਹਜੇ ਤਾਂ ਗੁਹਾਟੀ ਤੋਂ ਸਾਰਾ ਸਮਾਨ ਵੀ ਨਹੀਂ ਆਇਆ ਹੁੰਦਾ, ਠੀਕ ਹੈ ਨਾ? ਤਾਂ ਆ ਕੇ ਮਿਲ ਲੈਣ ਦੋ, ਕੌਣ ਕੌਣ ਸੈਕਟਰੀ ਨੇ, ਕੌਣ ਕੱਲ ਨੂੰ ਚਿੱਠੀ ਲਿਖਣੀ ਹੈ, ਕੋਈ ਕੱਲ ਨੂੰ ਕੋਈ ਕੋਈ ਆਰਡਰ ਦੇਣਾ ਹੈ, ਉਹ ਤੋਂ ਬਾਅਦ ਦੇਖਾਂਗੇ। ਚਲੋ।
ਤਾਂ ਠੀਕ ਹੈ ਨਾ। ਦੇਖੋ ਇਹਨੇ, ਦੇਖੋ ਨੈਸ਼ਨਲ ਹਾਈਵੇ ਅਥਾਰਟੀ ਕਹਿੰਦੀ ਹੈ ਸਾਡਾ ਜ਼ਮੀਨ ਦਾ ਰੌਲਾ ਜੀ ਦੋ ਤਿੰਨ ਜਗ੍ਹਾ ਤੇ, ਵੀ ਮਤਲਬ ਸਾਡਾ ਰੇਟ ਨੀ ਬਣ ਰਿਹਾ ਸੈਂਟਰ ਨਾਲ, ਕਿਸਾਨਾਂ ਦਾ ਭਾਅ ਨੀ ਬਣ ਰਿਹਾ। ਇਹ ਚ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਜੀ? ਹਰ ਗੱਲ ਤੇ ਕਹਿ ਦਿੰਦੇ ਨੇ ਲਾਅ ਐਂਡ ਆਰਡਰ। ਜ਼ਮੀਨ ਅਸੀਂ ਦੇਣੀ ਹੈ, ਅਸੀਂ 55 ਮੰਗਦੇ ਹਾਂ, ਉਹ 50 ਦਿੰਦੇ ਨੇ, ਤੇ 50 ਤੇ 55 ਚ ਸੌਦਾ ਖੜਾ, ਤੇ ਲਾਅ ਐਂਡ ਆਰਡਰ ਕਿੱਥੋਂ ਆ ਗਿਆ? ਪੰਜਾਬ ਨੂੰ ਹਰ ਵਕਤ ਤੋਂ ਲਾਅ ਐਂਡ ਆਰਡਰ ਦੀ ਗੱਲ ਕਿਉਂ ਲਿਖ ਦਿੰਦੇ ਨੇ? 25 ਸਾਲ ਹੋ ਗਏ, 16 ਮਾਰਚ ਤੋਂ ਬਾਅਦ 3 ਸਾਲ ਹੋ ਗਏ, ਪੰਜਾਬ ਦੇ ਵਿੱਚ ਇੱਕ ਮਿੰਟ ਵੀ ਕਿਸੇ ਸ਼ਹਿਰ ਜਾਂ ਕਸਬੇ ਚ ਕਰਫਿਊ ਨਹੀਂ ਲੱਗਿਆ, ਤੇ ਹਰਿਆਣੇ ਚ ਮੂੰਹ ਦੇ ਵਿੱਚ 4 ਮਹੀਨੇ ਕਰਫਿਊ ਲੱਗ ਰਹੇ ਹੈ। ਤੁਸੀਂ ਸਾਨੂੰ ਲਾਅ ਐਂਡ ਆਰਡਰ ਦੱਸ ਦਿਓ ਕੀ ਹੁੰਦਾ, ਯੂਪੀ ਚ ਆਪਣਾ ਲਾਅ ਐਂਡ ਆਰਡਰ ਸੰਭਾਲ ਲਓ। ਨੰਬਰ 2, ਪੰਜਾਬ ਦੀਆਂ ਜ਼ਮੀਨਾਂ ਨੂੰ ਤੁਸੀਂ ਉੜੀਸਾ ਜਾਂ ਕਿਸੇ ਹੋਰ ਨਾਲ ਕੰਮੇ ਕੰਪੇਅਰ ਕਰ ਦੋਗੇ? ਸਾਡੀ ਉਪਜਾਊ ਜ਼ਮੀਨ ਹੈ, ਸਾਡੀ ਐਕੁਜੇਸ਼ਨ ਦਾ ਰੇਟ ਹੋਰ ਹੈ, ਉੜੀਸਾ ਦਾ ਹੋਰ ਹੈ, ਛੱਤੀਸਗੜ੍ਹ। ਤੁਸੀਂ ਕਹਿੰਦੇ ਜੀ ਹਮੇ ਬਿਹਾਰ ਮੇ ਹਮੇ 5 ਲੱਖ ਮੇ ਏਕੜ ਮਿਲ ਰਿਹਾ ਹੈ, ਆਪ 50 ਮੰਗ ਰਹੇ ਹੋ, ਬਈ ਸਾਡੀ ਜ਼ਮੀਨ ਦਾ ਫਰਕ ਹੈ ਯਾਰ, ਇਹ ਤੁਹਾਨੂੰ ਦੇਖਣਾ ਪਊਗਾ। ਹਾਂ ਤੁਸੀਂ ਜੰਮੂ ਕਸ਼ਮੀਰ ਜਾਓਗੇ ਅੱਗੇ, ਕਠੂਏ ਤੋਂ ਅੱਗੇ, ਫਿਰ ਸਸਤੀਆਂ ਮਿਲਣਗੀਆਂ ਤੁਹਾਨੂੰ, ਪਹਾੜ ਆ ਉੱਥੇ, ਬੰਜਰ ਜ਼ਮੀਨਾਂ ਨੇ, ਹੈ ਨੀ ਕੁਛ। ਸੋ ਅਸੀਂ ਆਪਣੀ ਜ਼ਮੀਨ ਦਾ ਵੀ ਮੁੱਲ ਲਵਾਂਗੇ ਨਾ ਪ੍ਰੋਪਰ। ਸੋ ਇਹ ਕੋਈ ਲਾਅ ਐਂਡ ਆਰਡਰ ਦਾ ਨਹੀਂ, ਮੈਂ ਕੱਲ ਇਹੀ ਲਿਖਿਆ, ਜੇ ਲਾਅ ਐਂਡ ਆਰਡਰ ਹੁੰਦੀ ਤਾਂ ਕੋਈ ਪੁਲਿਸ ਨਾ ਜਾਂਦੀ ਉੱਥੇ, ਰੌਲਾ ਤਾਂ ਠੇਕੇਦਾਰ ਆਉਂਦਾ ਪੈਸੇ ਦੇਣ ਤੇ ਹੈ। ਸੋ ਅਸੀਂ 2-4 ਦਿਨਾਂ ਚ ਹੱਲ ਕਰ ਦਾਂਗੇ, ਕੋਈ ਐਸੀ ਗੱਲ ਨਹੀਂ। ਕਲੈਕਟਰ ਰੇਟ ਦਾ ਕੋਈ ਫਰਕ ਨਹੀਂ ਪੈਂਦਾ ਜੀ, ਐਨ ਐਚ ਆਈ ਦੇ ਜਿਹੜੇ ਰੇਟ ਨੇ ਨਾ ਉਹ ਅਲੱਗ ਅਲੱਗ ਹੁੰਦੇ ਨੇ, ਉਹ ਕਿਤੇ ਕੁਛ ਹੁੰਦਾ ਕਿਤੇ ਕੁਛ ਹੁੰਦਾ। ਬਾਅਦ ਦੇ ਵਿੱਚ ਤੁਸੀਂ ਕਮਿਸ਼ਨ ਕੋਲ ਵੀ ਜਾ ਸਕਦੇ ਹੋ, ਅਪੀਲ ਪਾ ਸਕਦੇ ਹੋ, ਕਿਸੇ ਨੂੰ ਘੱਟ ਮਿਲਿਆ, ਬਹੁਤ ਵਾਰੀ ਬਾਅਦ ਚ ਵੀ ਮਿਲੇ ਨੇ ਰੇਟ, ਪਰ ਇਹ ਕੋਈ ਨੀ, ਜਲਦੀ ਮਸਲਾ ਹੱਲ ਹੋਜੂਗਾ। ਅੱਜ ਸਿਰਫ ਇੱਕ ਦਾ ਜਵਾਬ ਤੁਸੀਂ ਵਿੱਚ ਦੇ ਰਹੇ ਸੀ, ਮੈਂ ਕਦੋਂ ਕਿਹਾ ਪ੍ਰਬੰਧ ਨੇ? ਸਵਾਲ ਨਹੀਂ ਜਵਾਬ ਕਿਉਂ ਦੇ ਰਹੇ ਹੋ? ਮੈਂ ਵੀ ਇਹ ਕੰਮ ਕਰਤਾ ਹੂੰ ਪਿਛਲੇ 25 ਸਾਲ ਸੇ, ਬੋਲਨੇ ਕਾ ਕੰਮ ਕਰਤਾ ਹੂੰ, ਮੈਂ ਵੀ ਮੈਂ ਤਾਂ ਗੈਸ ਬੈਲਡਿੰਗ ਨਹੀਂ ਕਰਤਾ ਥਾ ਪਹਿਲੇ। ਸਟੇਕ ਹੋਲਡਰਸ ਕੋ ਮਿਲੂੰਗਾ ਜਿਨਕੀ ਜ਼ਮੀਨ ਹੈ, ਔਰ ਉਨਕੇ ਸਾਰੇ ਜੋ ਹੱਕ ਹੈ ਉਨਕੋ ਮਿਲੇਂਗੇ। ਥੈਂਕ ਯੂ।